ਡਾਕਟਰ ਦਲੀਪ ਕੋਲ ਟਿਵਾਨਾਂ ਦੀ ਕਹਾਣੀ ਹੈ। ਪੁਤਲੀਆਂ ਦਾ ਤਮਾਸ਼ਾ। ਰਾਤ ਦੇ ਹਨੇਰੇ 'ਚ ਨਿੰਮੀ ਜੀ ਲਾਲਟਣ ਵਾਲੀ ਬਜ਼ਾਰ ਪੁਤਲੀਆਂ ਦਾ ਤਮਾਸ਼ਾ ਦਿਖਾਰਿਆ ਸੀ। ਉਹਦੀ ਔਰਤ ਕੋਲ ਬੈਠੀ ਢੋਲਕੀ ਵਜਾ ਰਹੀ ਸੀ। ਕਦੇ ਉਹ ਗਾਉਣ ਲੱਗ ਜਾਂਦੀ, ਕਦੇ ਪੁਤਲੀਆਂ ਨੂੰ ਕੁਝ ਪੁੱਛਣ ਦੱਸਣ ਲੱਗ ਪੈਂਦੀ। ਹਮ-ਹੁਮਾ ਕੇ ਲੋਕੀ ਦੇਖਣ ਆ ਗਏ ਸਨ। ਵੀਰਾ ਆਪਣੇ ਇੱਕ ਸਾਥੀ ਨੂੰ ਆਪਣੇ ਥਾਂ ਸੌਂਪ ਕੇ ਦੌੜਿਆ-ਦੌੜਿਆ ਮੇਰੇ ਕੋਲ ਆਇਆ। ਯਾਖਣ ਲੱਗਾ ਭੱਜ ਕੇ ਆਓ ਭੈਣ ਜੀ ਫਿਰ ਥਾਂ ਨਹੀਂ ਮਿਲਣਾ ਬੜਾਈ ਸੋਨਾ ਤਮਾਸ਼ਾ ਹੋ ਰਿਹਾ ਹੈ ਗੁੱਡੀਆਂ ਨੱਚਦੀਆਂ ਨੇ ਨਾਲੇ ਗੁੱਡੇ ਵੀ ਮੈਂ ਤੇ ਥੱਕ ਕੇ ਆਈਆਂ ਵੀਰਾ ਤੂੰ ਹੀ ਦੇਖ ਲੈ ਤਮਾਸ਼ਾ ਮੈਂ ਸਾਇਤਿਕ ਸਭਾ ਦੀ ਲੰਮੀ ਮੀਟਿੰਗ ਦੀ ਥਕਾਵਟ ਮਹਿਸੂਸ ਕਰਦੇ ਆਂ ਆਖਿਆ ਜਾਓ ਫਿਰ ਮੈਂ ਨਹੀਂ ਬੋਲਦਾ ਉਹਨੇ ਰੋਸ ਨਾਲ ਆਖਿਆ ਅੱਛਾ ਤੂੰ ਚੱਲ ਮੈਂ ਆਈ ਉਹਨੂੰ ਟਾਲਣ ਦੇ ਖਿਆਲ ਨਾਲ ਮੈਂ ਆਖਿਆ ਮੇਰੇ ਨਾਲ ਹੀ ਚੱਲੋ ਉਹ ਜ਼ਿੱਦ ਤੇ ਅੜ ਗਿਆ ਮੈਂ ਜਾ ਕੇ ਪਿੱਛੇ ਹੀ ਬੈਠ ਗਈ ਤਾਂ ਜੋ ਵਕਤ ਮਿਲੇ ਤੇ ਉੱਠ ਜਾਵਾਂ ਉੱਥੇ ਪੁਤਲੀਆਂ ਦੇ ਹਾਪ ਭਾ ਪ੍ਰਗਟਾਉਂਦੇ ਤਮਾਸ਼ਾ ਕਰਦੇ ਬੋਲ ਸੁਣਾਈ ਨਹੀਂ ਸੰਦ ਦੇ ਮੇਰੇ ਦਿਮਾਗ 'ਚ ਅਜੇ ਤੀਕ ਸਾਹਿਤਿਕ ਸਭਾ ਦੀ ਮੀਟਿੰਗ ਘੁੰਮ ਰਹੀ ਸੀ ਕਿਉਂਕਿ ਬੈਸਾਂ 'ਚ ਹਿੱਸਾ ਲੈਣ ਕਰਕੇ ਮੈਂ ਹਰ ਗੱਲ ਬੜੀ ਧਿਆਨ ਨਾਲ ਸੁਣਦੀ ਰਹੀ ਸੀ ਇੱਕ ਪੁਤਲੀ ਆਈ ਤੇ ਗੋਡਿਆਂ 'ਚ ਸਿਰ ਦੇ ਕੇ ਬੈਠ ਗਈ ਫਿਰ ਇੱਕ ਲੰਮੀ ਦਾੜੀ ਵਾਲਾ ਪੁਤਲਾ ਰੀ ਪਜਾਮਾ ਤੇ ਅਚਕਨ ਪਈ ਆਇਆ ਹੁਣ ਇਹ ਪੁਤਲੀ ਵੱਲ ਤੱਕਿਆ ਤੇ ਫਿਰ ਸਿਰ ਨੂੰ ਇਉਂ ਹਿਲਾਉਣ ਲੱਗਿਆ ਜਿਵੇਂ ਉਹਨੂੰ ਕੁਝ ਪੁੱਛ ਰਿਹਾ ਹੋਵੇ ਕੁਝ ਦੱਸ ਰਿਹਾ ਹੋਵੇ ਇਹ ਸਾਹਿਬ इनको ਸਮਝਾਣੇ ਆਏ ਉੱਚੀ ਚੀਖ ਕੇ ਆਖੇ ਤਮਾਸ਼ਗਰ ਦੇ ਲਫ਼ਜ਼ ਮੈਨੂੰ ਸੁਣ ਗਏ ਪਰ ਕੀ ਸਮਝਾਉਣ ਆਇਆ ਸੀ ਇਹਦੀ ਮੈਨੂੰ ਸਮਝ ਨਾ ਆਈ ਤੇ ਮੈਨੂੰ ਲੱਗਿਆ ਜਿਵੇਂ ਇਹ ਵੀ ਕੋਈ ਪੜਚੋਲੀ ਆਏ ਤੇ ਰਾਣੀ ਜੀ ਨੂੰ ਉਹਨਾਂ ਦੀਆਂ ਲਿਖਤਾਂ ਬਾਰੇ ਦੱਸ ਰਿਹਾ ਇਕ ਲੇਖਕਾਂ ਦੀਆਂ ਲਿਖਤਾਂ ਤੇ ਅੱਜ ਲੰਮੀ ਬਹਿਸ ਹੋਈ ਸੀ ਤੇ ਮੇਰੇ ਦਿਮਾਗ 'ਚ ਅਜੇ ਤੀ ਕੋਈ ਘੁੰਮਦੀ ਰਹੀ ਸੀ। ਫੁੱਤਲਾ ਬੜੇ ਅੰਦਾਜ਼ 'ਚ ਆਪਣੀ ਗਰਦਨ ਹਿਲਾਉਣ ਲੱਗਿਆ ਤੇ ਮੈਨੂੰ ਲੱਗਾ ਜਿਵੇਂ ਆਖ ਰਿਹਾ ਹੋਵੇ ਤੇਰੀਆਂ ਲਿਖਤਾਂ ਚੰਗੀਆਂ ਤਾਂ ਹੁੰਦੀਆਂ ਨੇ ਪਰ ਪੜਨ ਨਾਲ ਦਿਲ 'ਚ ਇੱਕ ਪੀੜ ਜੇ ਉਤਪਨ ਹੋ ਜਾਂਦੀ ਹੈ ਜੋ ਫੇਰੇ ਉਦਾਸੀ ਬिखर ਜਾਂਦੀ ਹੈ। ਪਲਾਜਿਆ ਟਾਹੂ ਤੇ ਸ਼ਮਸ਼ਾਨ ਭੂਮੀ ਦਾ ਸਾਹਿਤ ਕਿਸ ਕੰਮ? ਕੋਈ ਦਿਲ ਨੂੰ ਖੁਸ਼ ਕਰਨ ਵਾਲੀ ਗੱਲ ਵੀ ਤਾਂ ਲਿਖਿਆ ਕਰ। ਇਸ ਵੇਲੇ ਪੁਤਲੀ ਨੇ ਉੱਪਰ ਤੱਕਿਆ ਤੇ ਮੈਨੂੰ ਲੱਗਿਆ ਜਿਵੇਂ ਡਾਡੇ ਰੂਹ ਚਾਕੇ ਉਹ ਪਰਚੋਲੀਏ ਨੂੰ ਕਹਿ ਰਹੀ ਹੋਵੇ ਮੈਂ ਵੀ ਕੋਈ ਮਰਾਸਣ ਜੋ ਜਜ਼ਮਾਨ ਦੀ ਖੈਰ ਮੰਗਾ ਉਹਦੇ ਦਿਲ ਪਰਚਾਵੇ ਦੀਆਂ ਗੱਲਾਂ ਕਰਾਂ ਮੇਰੇ ਕੋਲੋਂ ਝੂਠ ਨਹੀਂ ਬੋਲਿਆ ਜਾਂਦਾ ਤੁਹਾਨੂੰ ਕੀ ਪਤਾ ਮੇਰੀਆਂ ਹਾਨਣਾ ਦੀਆਂ ਕਿੰਨੀਆਂ ਚਿੱਠੀਆਂ ਆਉਂਦੀਆਂ ਨੇ ਜਿਹੜੀਆਂ ਆਉਂਦੀਆਂ ਨੇ ਤੂੰ ਸਾਡੇ ਜਜ਼ਬਿਆਂ ਨੂੰ ਜੀਬ ਦਿਤਤੀਏ ਬਸ ਕਬਰਾ ਗਏ ਹੋ ਤੁਸੀਂ ਹੈਰਾਨ ਹੋ ਰਹੇ ਹੋ ਕਿ ਲੀਰਾਂ ਦੀ ਗੁੱਡੀ ਕੀ ਬੋਲਣ ਲੱਗ ਪਈ ਹਾਂ 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 ਦੁਨੀਆ ਦਾ ਕਿਸਮਤਗਾਰ ਕਬਰਾ ਰਿਹਾ ਹੈ ਕਵੀ ਮੋਨ ਸਿੰਘ ਠੀਕ ਹੀ ਤਾਂ ਆਂਦਾ ਹੈ ਧਰਮ ਲੋਕਾਚਾਰ ਪੈਸੇ ਦੀ ਛਣਕਾਰ ਕਾਨੂੰਨ ਸਭੇ ਤੁਹਾਡੇ ਵੱਲ ਨੇ ਫਿਰ ਡਰ ਕਾ ਦਾ ਹਾਂ 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 ਪੁਤਲੀ ਹੱਸੇ ਜਾ ਰਹੀ ਸੀ ਫਿਰ ਕਿੰਨੀਆਂ ਸਾਰੀਆਂ ਪੁਤਲੀਆਂ ਹੋ ਰ ਆ ਗਈਆਂ ਕੋਈ ਪਿੱਟ ਰਹੀ ਸੀ ਕੋਈ ਰੋ ਰਹੀ ਸੀ ਕੋਈ ਆਪਣੇ ਵਾਲ ਖੋ ਰਹੀ ਸੀ ਕੋਈ ਡਿਗਦੀ ਜਾ ਰਹੀ ਸੀ ਇੱਕ ਪਾਸੇ ਕਿੰਨੇ ਸਾਰੇ ਪੁਤਲੇ ਵੀ ਖਲੋਤੇ ਸਨ ਇਨਾਂ ਨੂੰ ਕੀ ਹੋ ਗਿਆ ਸ਼ਾਇਦ ਇੱਕ ਕਹਿ ਰਹੀ ਸੀ ਮੇਰਾ ਸ਼ਰਾਬੀ ਪਤੀ ਬਹੁਤ ਮਾਰਦਾ ਕੁੱਟਦਾ ਹੈ ਘਰ 'ਚ ਜੋ ਕੁਝ ਵੀ ਹੁੰਦਾ ਹੈ ਠੇਕੇ ਦੇ ਕੇ ਆਉਂਦਾ ਹੈ ਮੇਰੇ ਅੱਧ ਭੁੱਖੇ ਅੱਧ ਕੱਜੇ ਬੱਚੇ ਵਿਲੂ ਵਿਲੂ ਕਰਦੇ ਰਹਿੰਦੇ ਨੇ ਸਭ ਤੋਂ ਨਿੱਕਾ ਤੇ ਆਂਦਾ ਮਾਂ ਚੱਲ ਆਪਾਂ ਬਾਪੂ ਕਿਸੇ ਹੋਰ ਦੇ ਬਾਪੂ ਨਾਲ ਵਟਾ ਲਈਏ ਦੁਨੀਆ ਵਾਲਿਓ ਧੀਆਂ ਭੈਣਾਂ ਵਾਲਿਓ ਦੱਸੋ ਮੈਂ ਕੀ ਕਰਾਂ ਦੂਸਰੀ ਵਾਲ ਖੋ ਖੋ ਕਹਿ ਰਹੀ ਸੀ ਮੈਂ ਵਿਧਵਾ ਹਾਂ ਬੱਚਾ ਮੇਰਾ ਕੋਈ ਹੈ ਨਹੀਂ ਸ਼ਰੀਕਾ ਮੇਰੀ ਜ਼ਮੀਨ ਰੋਕ ਲਈਏ ਆਦਮੀਆਂ ਵਾਲਿਓ ਪੁੱਤਰਾਂ ਵਾਲਿਓ ਮੇਰਾ ਹਿਲਾ ਕੀ ਬਣੇ ਦੂਸਰੇ ਪਾਸਿਓਂ ਇੱਕ ਹੋਰ ਦੁਹਾਈ ਦੁਹਾਈ ਕਰਦੀ ਆ ਰਹੀ ਸੀ ਕਿ ਪਤੀ ਉਹਦਾ ਮਾਰਦਾ ਏ ਕਿਉਂਕਿ ਸੱਸੇ ਖਾ ਦਿੰਦੀ ਏ ਉਹਦੇ ਕੁੜੀਆਂ ਹੀ ਕੁੜੀਆਂ ਜੰਮੀਆਂ ਨੇ ਰੱਬ ਦੀ ਕੁਦਰਤ ਨੂੰ ਮੈਂ ਕਿਵੇਂ ਬਦਲਾਂ ਇਸ ਦੇਹ ਭੂਮੀ ਦੇ ਵਾਸੀਓ ਦੱਸੋ ਮੈਂ ਕੀ ਕਰਾਂ ਇੱਕ ਹੋਰ ਪਾਸੇ ਚੀਕ ਚਿਹੜਾ ਪਿਆ ਹੋਇਆ ਸੀ ਉਦੇ ਪਤੀ ਦਾ ਦੁਬਾਰਾ ਵਿਆਹ ਕਰ ਰਹੇ ਸਨ ਕਿਉਂਕਿ ਉਹ ਦਾਜ ਚੋਖਾ ਨਹੀਂ ਸੀ ਲਿਆਈ ਉਹਦਾ ਸੰਧਾਰਾ ਨਹੀਂ ਸੀ ਆਉਂਦਾ 3 ਬੇਟੀਆਂ ਵਾਲਿਓ ਇਹਨਾਂ ਨੂੰ ਕਹੋ ਮੈਨੂੰ ਕਰੋਨਾ ਧੱਕਣ ਮੈਂ ਝੂਠੇ ਭਾਂਡੇ ਮਾਂਜ ਕੇ guzara ਕਰ ਲਵਾਂਗੀ ਮੈਨੂੰ ਇਹ ਬਚਿਆ ਖੁਜਿਆ ਬੇਹੱਤ ਬੇਹਾ ਟੁੱਕਰੀ ਦੇ ਛੱਡਿਆ ਕਰਨ ਰੱਬ ਦੇ ਵਾਸਤੇ ਮੈਨੂੰ ਕਰੋਨਾ ਕੱਢਣ ਉਹ ਰੋ ਰਹੀ ਸੀ ਇੱਕ ਹੋਰ ਸੋਹਣੇ ਕੱਪੜਿਆਂ ਵਾਲੀ ਪੁਤਲੀ ਪੁਤਲਿਆਂ ਵੱਲ ਉਂਗਲਾਂ ਕਰ ਕਰ ਕੁਝ ਦੱਸ ਰਹੀ ਸੀ ਜਿਵੇਂ ਕਹਿ ਰਹੀ ਹੋਵੇ ਹਾਂ 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 ਮੈਨੂੰ ਦਿਨੇ ਵੇ ਸੁਹਾਖ ਦਿਓ ਗਿਲਾਨੀ ਕਰ ਦਿਓ ਕਿਉਂਕਿ ਮੈਂ ਆਪਣਾ ਜਿਸਮ ਵੇਚਦੀ ਆਂ ਤੇ ਰਾਤ ਦੇ ਹਨੇਰੇ ਚ ਮੇਰੇ ਜਿਸਮ ਦੇ ਖਰੀਦਦਾਰ ਬਣ ਕੇ ਮੇਰੇ ਚੁਬਾਰੇ ਦੀਆਂ ਪੌੜੀਆਂ ਟਟੋਲਦੇ ਹੋ ਹਾਂ ਹਾਂ ਕਿੱਡੇ ਸਿਆਣੇ ਹੋ ਤੁਸੀਂ ਹਾਂ ਹਾਂ ਬੇਸ਼ਰਮੋ ਕੁੱਤੇਓ ਤੁਹਾਡੀਆਂ ਆਪਣੀਆਂ ਧੀਆਂ ਭੈਣਾਂ ਰੰਡੀਆਂ ਹੋ ਜਾਣ ਕਿਦਰੋਂ ਉਹਨਾਂ ਨੂੰ ਕੋਈ ਕੰਮ ਨਾ ਮਿਲੇ ਜ਼ਬਰਦਸਤੀ ਉਹਨਾਂ ਦਾ ਸਤ ਭੰਗ ਕਰਕੇ ਵੇਸੂ ਆਪਣੇ ਦੇ ਰਾਹ ਤੇ ਧੱਕੇਲ ਦਿੱਤਾ ਜਾਵੇ ਫੇਰ ਮੈਂ ਤੁਹਾਨੂੰ ਪੁੱਛਾਂ ਤੁਹਾਡੇ ਤੇ ਥੁੱਕਾਂ ਹਾਂ 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 ਇੱਕ ਪੁਤਲਾ ਉਹਦੇ ਵੱਲ ਵਧਿਆ ਜਿਵੇਂ ਉਹਦੀਆਂ ਗੱਲਾਂ ਤੋਂ ਖਿੱਚ ਕੇ ਉਹਨੂੰ ਮਾਰਨ ਜਾ ਰਿਹਾ ਹੋਵੇ ਲੀਰਾਂ ਦੀਆਂ ਗੁੱਡੀਆਂ ਨੇ ਚਫੇਰਿਓਂ ਚੀਕ ਜਹਾੜਾ ਪਾ ਛੱਡਿਆ ਸੀ ਪੁਤਲੇ ਹੈਰਾਨ ਹੋ ਹੋ ਤੱਕ ਰਹੇ ਸਨ ਕਿ ਲੀਰਾਂ ਦੀਆਂ ਗੁੱਡੀਆਂ ਬੋਲਣ ਕਿਵੇਂ ਲੱਗ ਪਈਆਂ ਪਲਾਂ ਵਿੱਚ ਇਹ ਨਾ ਪਰਮੇਸ਼ਰ ਦੇ ਤੁਲਪਤੀ ਸਰਬਸ਼ਕਤੀਮਾਨ ਸਮਾਜ ਧਰਮ ਲੋਕਾਚਾਰ ਸਭ ਦੇ ਸਭ ਬਦੂ ਧਰੇ ਨੇ ਨੰਗੇ ਕਰ ਦਿੱਤੇ ਇੱਕ ਹੋਰ ਪੁਤਲੀ ਅੱਗੇ ਵਧੀ ਜਿਵੇਂ ਕੁਝ ਆਕਣ ਲੱਗੀ ਹੋਵੇ ਪੁਤਲਾ ਮੋਢੇ ਤੇ ਸੋਟੀ ਰੱਖ ਕੇ ਉਸ ਵੱਲ ਆਇਆ ਪੁਤਲੀ ਹੱਥ ਜੋੜ ਕੇ ਬੈਠ ਗਈ ਜਿਵੇਂ ਆਂਦੀ ਹੋਵੇ ਮੇਰੇ ਅਨੰਦ ਦਾਤਾ ਮੇਰੇ ਮਾਲਕ ਪਾਲਕ ਮੈਂ ਤੇਰੇ ਉਲਟ ਭਲਾ ਕਿਵੇਂ ਬੋਲ ਸਕਦੀ ਹਾਂ ਦੱਸ ਕਿਹੜਾ ਗੀਤ ਗਾਵਾਂ ਉਹ ਹੋਰ ਅੱਗੇ ਵਧਿਆ ਜਿਵੇਂ ਉਹਨੇ ਕੁਝ ਵੀ ਸੁਣਿਆ ਨਾ ਹੋਵੇ ਤੇ ਆਖ ਰਿਹਾ ਹੋਵੇ ਬੇ ਹਯਾ ਤੈਨੂੰ ਸ਼ਰਮ ਨਹੀਂ ਆਉਂਦੀ ਸੀਤਾ ਸਵਿਤਰੀ ਦੀ ਦੇ ਸਵਾਸਣ ਹੋ ਕੇ ਆਪਣੇ ਫਰਜ਼ ਭੁੱਲ ਗਈ ਚੱਲ ਗਾ ਕੋਈ ਗੀਤ ਮਨ ਨੂੰ ਖੁਸ਼ ਕਰਨ ਵਾਲਾ ਪੁਤਲੀ ਬੈਠ ਗਈ ਜਿਵੇਂ ਗਾਉਣ ਲੱਗ ਪਈ ਹੋਵੇ ਪ੍ਰੀਤਮ ਤੂੰ ਆਇਆ ਮੇਰੇ ਘਰ ਬਹਾਰ ਆ ਗਈ ਤੇਰੀ ਮੁਸਕਰਾਹਟ ਮੇਰਾ ਸੁਭਾਗ ਹੈ ਮੈਂ ਭਿਖਾਰਣ ਹਾਂ ਤੇਰੇ ਦਰ ਪੁਤਲਾ ਹੋਰ ਅਗਾ ਵਧਿਆ ਜਿਵੇਂ ਉਹਨੂੰ ਡਾਂਟ ਰਿਹਾ ਹੋਵੇ ਕਿ ਤੇਰੀ ਆਵਾਜ਼ ਆ ਜਿ ਠਿੜਕਦੀ ਕਿਉਂ ਹੈ ਪੁਤਲੀ ਨੇ ਵਿਚਾਰਗੀ ਨਾਲ ਉਸ ਤਾਂ ਤੱਕਿਆ ਜਿਵੇਂ ਕਹਿੰਦੀ ਹੋਵੇ ਮੇਰੇ ਮਾਲਕ ਮੈਂ ਥੋ ਅੱਜ ਗਾ ਨਹੀਂ ਹਾਂ ਪੁਤਲੇ ਨੇ ਬੂਹੇ ਵੱਲ ਹੱਥ ਕੀਤਾ ਜਿਵੇਂ ਆਖਰੀਆ ਹੋਵੇ ਨਿਕਲ ਜਾ ਮੇਰੇ ਘਰੋਂ ਆਖਰ ਤੂੰ ਹੈ ਕਾਦੇ ਲਈ ਜੇ ਮੈਨੂੰ ਖੁਸ਼ ਵੀ ਨਹੀਂ ਕਰ ਸਕਦੀ ਪੁਤਲੀ ਕੁਝ ਦੇਰ ਦਰਵਾਜ਼ੇ 'ਚ ਰੁਕੀ ਤੇ ਫਿਰ ਕਿਧਰੇ ਤੁਰ ਪਈ ਇੱਕ ਥਾਂ ਉਹ ਡਿੱਗਦੀ ਬਚੀ ਜਿਵੇਂ ਹਨੇਰੇ 'ਚ ਠੋਕਰ ਲੱਗੀ ਹੋਵੇ ਉਹ ਡਾਂਟੀ ਵਿੱਚ ਚੈਨ ਦਿਸਦੀ ਸੀ ਜਿਵੇਂ ਕੰਡਿਆਂ 'ਚ ਉਲਝ ਗਈ ਹੋਵੇ ਉਹਦੇ ਅੰਗ ਚ ਰੀਟੇ ਗਏ ਹੋਣ ਉਦੇ ਕੱਪੜੇ ਫਟ ਗਏ ਹੋ ਉਹ ਕਬਰਾ ਕੇ ਆਪਣੇ ਮਾਲਕ ਦੇ ਘਰ ਵੱਲ ਦੌੜੀ ਰਸਤੇ 'ਚ ਦੋ ਬਜ਼ੁਰਗ ਮਿਲੇ ਇੱਕ ਨੇ ਉਹਦੇ ਵੱਲ ਤੱਕ ਕੇ ਦੂਸਰੇ ਦੇ ਕੰਨ 'ਚ ਕੁਝ ਆਖਿਆ ਜਿਵੇਂ ਆਂਦਾ ਹੋਵੇ ਗੰਗਾ ਦੇ ਇਸ਼ਨਾਨ ਲਈ ਜਾ ਰਹੇ ਸਾਂ ਸਵੇਰੇ ਸਵੇਰੇ ਪਾਪੜ ਮੱਥੇ ਲੱਗੇ ਰੱਬ ਖੈਰ ਕਰੇ ਪੁਤਲੀ ਬੇਫਰਖ ਲੋਤੀ ਜਿਵੇਂ ਆਂਦੀ ਹੋਵੇ ਫੇਰ ਕਹੋ ਨਾ ਕੀ ਆਂਦੇ ਹੋ ਇੱਕ ਬਜ਼ੁਰਗ ਨੇ ਸਿਰ ਹਿਲਾਇਆ ਜਿਵੇਂ ਆਂਦਾ ਹੋਵੇ ਸਬਰ ਸੰਤੋਖ ਕਰ ਬੇਟੀ ਸਾਰਾ ਦਿਨ ਰੋਣੀ ਚੰਗੇ ਨਹੀਂ ਕੋਈ ਚੰਗੀ ਗੱਲ ਵੀ ਕਰਿਆ ਕਰ ਖੁਸ਼ ਰਿਆ ਕਰ ਪਤਲੀ ਹਾ 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 ਕਰਕੇ ਹਸੀ ਜਿਵੇਂ ਆਂਦੀ ਹੋਵੇ ਬੇਸਮਝੋ ਤੁਸੀਂ ਸਮਝਦੇ ਹੋ ਮੈਂ ਜਾਣ ਕੇ ਨਹੀਂ ਹਸਦੀ ਨਹੀਂ ਸੁਗ ਮੁਦਦ ਹੋਈ ਮੇਰੇ ਬੁੱਲ ਹਸਣਾ ਭੁੱਲ ਚੁੱਕੇ ਨੇ ਮੈਂ ਕਿਹਾ ਮੇਰੀਆਂ ਖੁਸ਼ੀਆਂ ਦੇ ਸਾਰੇ ਰਾਹ ਮਲਕ ਲੋਦੇਓ ਰਾਹ ਛੱਡੋ ਵੀ ਕਿਉਂ ਬਗਾਵਤ ਲਈ ਉਕਸਾਉਂਦੇ ਹੋ ਕਿਉਂ ਭੁੱਲਦੇ ਹੋ ਕਿ ਸੀਤਾ ਸਵਿਤਰੀ ਦੇ ਦੇਸ਼ ਵਿੱਚ ਚੰਡੀ ਵੀ ਹੋਈਏ ਦੂਸਰੇ ਪੁਤਲੇ ਨੇ ਹੱਥ ਉੱਚਾ ਕੀਤਾ ਜਿਵੇਂ ਆਖਦਾ ਹੋਵੇ ਸ਼ਾਂਤੀ ਦੇਵੀ ਸ਼ਾਂਤੀ ਕਿਉ ਆਪਣਾ ਆਪ ਤੋੜਨ ਲੱਗੇ ਘਰ ਜਾ ਆਪਣੇ ਉਹਨੂੰ ਮੁੜ ਆਈ ਤੱਕ ਮਾਲਕ ਹੁਦਾ ਹੱਸ ਪਿਆ ਪਹਿਲਾ ਪੁਤਲਾ ਜੇ ਤੱਕ ਗੋਡਿਆਂ 'ਚ ਸਿਰ ਦੇਈ ਬੈਠੀ ਪੁਤਲੀ ਨੂੰ ਕੁਝ ਸਮਝਾ ਰਿਹਾ ਸੀ ਜਿਵੇਂ ਆਖ ਰਿਹਾ ਹੋਵੇ ਰਾਣੀ ਜੀ ਚੰਗੀਆਂ ਚੰਗੀਆਂ ਮਿੱਠੀਆਂ ਮਿੱਠੀਆਂ ਗੱਲਾਂ ਕਰੀ ਦੀਆਂ ਨੇ ਪੁਤਲੀ ਨੇ ਫਿਰ ਉ ਤਾਂ ਤੱਕਿਆ ਜਿਵੇਂ ਆਖਰੀ ਹੋਵੇ ਤੁਸੀਂ ਸਭ ਠੀਕ ਆਂਦੇ ਹੋਵੋਗੇ ਤੁਹਾਡਾ ਗਿਲਾ ਜਾਇਜ਼ ਹੋਏਗਾ ਕਿਉਂਕਿ ਮਿੱਠੇ ਗੀਤ ਹੀ ਸਭ ਨੂੰ ਚੰਗੇ ਲੱਗਦੇ ਨੇ ਪਰ ਮੇਰੇ ਗੀਤ ਹਿਚਕੀਆਂ ਚ ਬਦਲ ਜਾਂਦੇ ਨੇ ਤੇ ਤੁਹਾਨੂੰ ਇਹਨਾਂ ਹਿਚਕੀਆਂ ਹਟਕੋਰੀਆਂ ਦੀ ਆਵਾਜ਼ ਚੰਗੇ ਨਹੀਂ ਲੱਗਦੀ ਠੀਕ ਹੈ ਮੈਨੂੰ ਖੁਸ਼ ਗੱਲਾਂ ਕਰਨੀਆਂ ਚਾਹੀਦੀਆਂ ਨੇ ਪਰ ਇਹ ਮੇਰੇ ਵੱਸ ਦੀ ਗੱਲ ਨਹੀਂ ਜ਼ਿੰਦਗੀ ਚ ਜੋ ਕੁਝ ਮੈਂ ਦੇਖਿਆ ਜਾਣਿਆ ਉਹ ਕੁਝ ਕਹਿੰਦੀ ਪਈਆਂ ਤੁਸੀਂ ਨਰਾਜ਼ ਕਿਉਂ ਹੁੰਦੇ ਹੋ ਖੁਸ਼ੀਆਂ ਖੇੜੇ ਮੈਨੂੰ ਕਿਦਰੇ ਦਿਸੇ ਨਹੀਂ ਲੱਭੇ ਨਹੀਂ ਮੈਂ ਤੁਹਾਡੇ ਲਈ ਕਿੱਥੋਂ ਲਿਆਵਾਂ ਇਹ ਸੋਗੀ ਗੱਲਾਂ ਤੁਹਾਨੂੰ ਚੰਗੀਆਂ ਨਹੀਂ ਲੱਗਦੀਆਂ ਇਹ ਕੁਦਰਤੀ ਹੈ ਪਰ ਤੁਹਾਨੂੰ ਖੁਸ਼ ਕਰਨ ਲਈ ਮੈਂ ਝੂਠ ਨਹੀਂ ਬੋਲ ਸਕਦੀ ਮੈਂ ਕੋਈ ਮਰਾਸਣ ਨਹੀਂ ਜੋ ਜਜ਼ਮਾਨ ਦੀ ਖੈਰ ਮੰਗਦੀ ਉਸੇ ਦੇ ਸੋਲੇ گاਵਾ ਇਨ ਨੂੰ ਹੀ ਖੋਰ ਪੁਤਲਾ ਆ ਉਹਨੇ ਪੁਤਲੀ ਦੇ ਗਲ ਫੁੱਲਾਂ ਦਾ ਹਾਰ ਪਾ ਦਿੱਤਾ ਤਾੜੀਆਂ ਵੱਜੀਆਂ ਤਮਾਸ਼ਾ ਖਤਮ ਹੋ ਗਿਆ ਸੀ ਭੈਣ ਜੀ ਪੈਸੇ ਦਿਓ ਤਮਾਸ਼ੇ ਵਾਲੇ ਨੂੰ ਦੇਣੇ ਨੇ ਵੀਰਾ ਦੌੜਿਆ ਆਇਆ ਤੇ ਆਖਣ ਲੱਗਾ ਪੈਸੇ ਦੇ ਕੇ ਜਦੋਂ ਮੁੜਿਆ ਮੈਂ ਪੁੱਛਿਆ ਵੀਰਾ ਤਮਾਸ਼ਾ ਕਿਉਂ ਗਿਆ ਸੀ ਬਹੁਤ ਵਧੀਆ ਸੀ ਉਹ ਪੁਤਲੀ ਜਿਹੜੀ ਰੋਂਦੀ ਸੀ ਨਾ ਉਹਦਾ ਘਰ ਵਾਲਾ ਮਰ ਗਿਆ ਸੀ ਬਾਕੀ ਦੀਆਂ ਪੁਤਲੀਆਂ ਤੇ ਪੁਤਲੇ ਉਹਦੇ ਕੋਲ ਅਫਸੋਸ ਕਰਨ ਆਏ ਸੀ ਉਹ ਪੁਤਲੀ ਰੋ ਰੋ ਕੇ ਆਖਦੀ ਸੀ ਹਾਏ ਹਾਏ ਹੁਣ ਮੈਂ ਕੀ ਕਰੂੰ ਫਿਰ ਇੱਕ ਪੁਤਲੇ ਨੇ ਇੱਕ ਪੁਤਲੀ ਨੂੰ ਪੰਡਤ ਜੀ ਕੋਲ ਪੁੱਛਣ ਭੇਜਿਆ ਤੇ ਉਹਨੇ ਕੋ ਜਾ ਕੇ ਪੁਤਲੇ ਨੂੰ ਦੱਸਿਆ ਫਿਰ ਜਦੋਂ ਪੁਤਲੇ ਨੇ ਆਖਿਆ ਕਿ ਹਾਏ ਹਾਏ ਮੈਂ ਕੀ ਕਰੂੰ ਤਾਂ ਉਹ ਪੁਤਲਾ ਆਖਣ ਲੱਗਾ ਹੁਣ ਤੂੰ ਮੈਨੂੰ ਕਰ ਲੈ ਤੇ ਫਿਰ ਉਸ ਪੁਤਲੇ ਨੇ ਪੁਤਲੇ ਦੇ ਗਲ ਫੁੱਲਾਂ ਦਾ ਹਾਰ ਪਾ ਕੇ ਵਿਆਹ ਕਰ ਲਿਆ ਬੀਰੇ ਨੇ ਸਾਰੀ ਕਹਾਣੀ ਸੁਣਾ ਦਿੱਤੀ ਪਰ ਮੈਨੂੰ ਤੇ ਕੁਝ ਹੋਰ ਹੀ ਲੱਗਦਾ ਰਿਹਾ ਸੀ ਮੈਂ ਸੋਚਿਆ ਧੰਨਵਾਦ